ਪੁਲਿਸ ਦੀ ਗ੍ਰਿਫਤ ਦੇ ਵਿੱਚ ਤੁਰੇ ਆ ਰਹੇ ਮੁਲਜ਼ਮ ਉਹ ਕਿਡਨੈਪਰ ਨੇ ਜਿਨ੍ਹਾਂ ਨੇ ਨਵੇਂ ਸ਼ਹਿਰ ਦੇ ਗੁਰੂ ਤੇਗ ਬਹਾਦਰ ਨਗਰ ਦੇ ਵਿੱਚ ਰਹਿੰਦੇ ਇੱਕ ਪ੍ਰਵਾਸੀ ਪਰਿਵਾਰ ਦੇ 2.5 ਸਾਲ ਦੇ ਬੱਚੇ ਨੂੰ ਅਗਵਾ ਕੀਤਾ ਸੀ ਜਿਨ੍ਹਾਂ ਨੂੰ ਕਿ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆਂ ਕੁਝ ਹੀ ਘੰਟਿਆਂ ਦੇ ਵਿੱਚ ਗ੍ਰਿਫਤਾਰ ਕਰ ਲਿਆ। ਦੱਸ ਦਈਏ ਕਿ ਇਸ ਘਟਨਾ ਤੋਂ ਬਾਅਦ ਅਮਰਜੀਤ ਸਿੰਘ ਨਾਂ ਦੇ ਇੱਕ ਸ਼ਖਸ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਉਸਦਾ 2.5 ਸਾਲਾਂ ਦਾ ਬੱਚਾ ਸ਼ਿਵਮ ਅਗਵਾ ਹੋ ਚੁੱਕਾ ਹੈ ਜੋ ਕਿ ਘਰ ਦੇ ਬਾਹਰ ਖੇਡ ਰਿਹਾ ਸੀ। ਜਦੋਂ ਉਹਨਾਂ ਨੇ ਮੁਹੱਲੇ ਦੇ ਵਿੱਚ ਲੱਗੇ CCTV ਕੈਮਰੇ ਦੀ ਫੁਟੇਜ ਦੇਖੀ ਤਾਂ ਪਤਾ ਲੱਗਾ ਕਿ ਮੁਹੱਲੇ ਦੇ ਰਹਿਣ ਵਾਲੇ ਰਾਜਕੁਮਾਰ ਅਤੇ ਸਲੀਮ ਨਾਂ ਦੇ ਵਿਅਕਤੀ ਉਸਦੇ ਬੱਚੇ ਨੂੰ ਲੈ ਕੇ ਜਾ ਰਹੇ ਸਨ, ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆਂ ਕੁਝ ਹੀ ਘੰਟੇ ਦੇ ਵਿੱਚ ਇਹਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਨੂੰ ਕਿ ਮਾਣਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁਲਿਸ ਇਹਨਾਂ ਦਾ ਰਿਮਾਂਡ ਹਾਸਲ ਕਰੇਗੀ। ਅਮਰਜੀਤ ਸਿੰਘ ਚੌਹਾਨ ਉਹਦਾ ਬੱਚਾ ਸੀ 2.5 ਸਾਲ ਦਾ, ਸ਼ਿਵਮ ਉਹ ਬਾਹਰ ਖੇਡਦਾ ਸੀ, ਸਲੀਮ ਅਤੇ ਰਾਜਕੁਮਾਰ ਨੇ ਚੌਕੇ ਲੈ ਗਏ ਸੀ, ਇਹਨਾਂ ਦੋਨਾਂ ਨੂੰ ਬਾਰੇ ਗ੍ਰਿਫਤਾਰ ਕਰ ਲਿਆ ਤੀਜਿਆਂ ਤੋਂ ਸ਼ਿਵਮ। ਤੁਹਾਨੂੰ ਪਤਾ ਚੱਲ ਗਿਆ ਸਾਨੂੰ ਇਹ ਵਾਹ ਦੇਣ ਆਇਆ ਸੀ ਥਾਣੇ ਚੰਡੀਗੜ੍ਹ ਚੌਂਕ 'ਚੋਂ, ਮੇਰਾ ਬੱਚਾ ਲੈ ਗਿਆ, ਮੈਂ ਉਹਦਾ ਮੁਕੱਦਮਾ ਨੰਬਰ 19 ਅੰਡਰਸਟੇਸ਼ਨ 3 IPC 34 ਉਹਦਾ ਨਰਮਾ ਤੀਜਾ ਬੰਦਾ ਹੋ ਸੀ। ਅੱਛਾ, ਉਹ ਫਰਾਰ ਰਹੇ ਨੇ? ਹਾਂ ਫਰਾਰ। ਬਹਿਰਾਲ ਪੁਲਿਸ ਇਹਨਾਂ ਮੁਲਜ਼ਮਾਂ ਦੇ ਕੋਲੋਂ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਇਹਨਾਂ ਦੇ ਫਰਾਰ ਹੋਏ ਸਾਥੀ ਦਾ ਪਤਾ ਚੱਲ ਸਕੇ। ਨਵਾਂ ਸ਼ਹਿਰ ਤੋਂ ਸੁਖਜਿੰਦਰ ਸਿੰਘ ਸੁੱਖਾ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, US, UK ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ? ਤੁਸੀਂ ਮਿਲ ਸਕਦੇ ਹੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪ੍ਰਮੰਨੀ ਕੰਪਨੀ ਪਿਰਾਮਿਡ ਈ ਸਰਵਿਸਿਜ਼ ਦੇ ਨਾਲ।